are watching Channel Y. Channel Y, a South Asian Canadian channel. ਘਰ ਵਿੱਚ ਮਹਿਲਾਵਾਂ ਵੱਲੋਂ ਰੋਣ ਦੀਆਂ ਆਵਾਜ਼ਾਂ ਅਤੇ ਘਰ ਦੇ ਬਾਹਰ ਵੱਡੀ ਤਾਦਾਦ ਵਿੱਚ ਖੜ੍ਹੇ ਲੋਕਾਂ ਤੋਂ ਤੁਸੀਂ ਇਹ ਵੇਖ ਕੇ ਸਮਝ ਹੀ ਚੁੱਕੇ ਹੋਵੋਗੇ ਕਿ ਇਸ ਘਰ ਵਿੱਚ ਕੁਛ ਤਾਂ ਹੋਇਆ। ਤੁਹਾਨੂੰ ਦੱਸ ਦਈਏ ਕਿ ਜਿਸ ਘਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਸ ਘਰ ਦੇ ਨੌਜਵਾਨ ਲੜਕੇ ਵਿਨੇ ਖੰਨਾ ਨੇ ਗਲ ਵਿੱਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਦੋਂ ਪੂਰਾ ਪਰਿਵਾਰ ਘਰੋਂ ਬਾਹਰ ਰਾਧਾ ਸਵਾਮੀ ਦੇ ਡੇਰੇ ਬਿਆਸ ਗਿਆ, ਉਦੋਂ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦਾ ਹੈ। ਜਾਣਕਾਰੀ ਅਨੁਸਾਰ ਵਿਨੇ ਖੰਨਾ ਪਟਵਾਰੀ ਲੱਗੇ ਰਜੇਸ਼ ਖੰਨਾ ਦਾ ਪੁੱਤਰ ਸੀ। ਸ਼ਨੀਵਾਰ ਨੂੰ ਪੂਰਾ ਪਰਿਵਾਰ ਬਿਆਸ ਡੇਰੇ ਮੱਥਾ ਟੇਕਣ ਗਿਆ, ਲੇਕਿਨ ਵਿਨੇ ਉਸ ਸਮੇਂ ਵੀ ਉਹਨਾਂ ਨਾਲ ਨਹੀਂ ਗਏ। ਵਿਨੇ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਐਤਵਾਰ ਨੂੰ ਡੇਰੇ ਆ ਜਾਵੇਗਾ, ਲੇਕਿਨ ਇਸ ਤਰ੍ਹਾਂ ਨਹੀਂ ਹੋਇਆ। ਜਦੋਂ ਘਰ ਆ ਕੇ ਉਸਦੀ ਮਾਤਾ ਅਤੇ ਪਿਤਾ ਨੇ ਵਿਨੇ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਵਿਨੇ ਦੀ ਲਾਸ਼ ਪੱਖੇ ਦੇ ਨਾਲ ਲਟਕਦੀ ਉਹਨਾਂ ਵੇਖੀ। ਨਾਲ ਰਹਿੰਦੇ ਗੁਆਂਢੀਆਂ ਅਨੁਸਾਰ ਵਿਨੇ ਦਾ ਸੁਭਾਅ ਬਹੁਤ ਵਧੀਆ ਸੀ। ਉਹਨਾਂ ਨੂੰ ਖੁਦ ਨਹੀਂ ਪਤਾ ਕਿ ਇਸ ਬੱਚੇ ਨੇ ਆਪਣੀ ਜੀਵਨ ਲੀਲਾ ਕਿਉਂ ਸਮਾਪਤ ਕੀਤੀ। ਕੋਈ ਇਸ ਬੱਚੇ ਦੇ ਵਿੱਚ ਕੋਈ ਅਸੀਂ ਕੋਈ ਮਾੜੀ ਗੱਲ ਨਹੀਂ ਵੇਖੀ, ਕੋਈ ਨਸ਼ਾ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ। ਰਾਧਾ ਸਵਾਮੀ ਦਾ ਨਾਮ ਦਾ ਲਿਆ ਸੀ ਇਹਨਾਂ ਨੇ। ਇਹਦੇ ਜਿਹੜੇ ਮੰਮੀ ਡੈਡੀ ਹੈ, ਸ਼ਨੀਵਾਰ ਸਵੇਰੇ ਗਏ ਹੈ ਰਾਧਾ ਸਵਾਮੀ, ਇਹਨੇ ਜਾਣਾ ਸੀ ਪਰ ਇਹ ਗਿਆ ਨਹੀਂ। ਇਹਨੇ ਕਹਿਤਾ ਕਿ ਜੀ ਮੈਂ ਕੱਲ੍ਹ ਆਵਾਂਗਾ, ਅਤੇ ਜਦੋਂ ਇਹ ਆਪਣੇ ਕੰਮ 'ਤੇ ਚੱਲ ਗਿਆ ਆਪਣੇ ਨੂੰ, ਇਹਨਾਂ ਦੇ ਮੰਮੀ ਡੈਡੀ ਮੁਤਾਬਕ ਇਹ ਸਵੇਰੇ 9 ਵਜੇ ਕੰਮ 'ਤੇ ਚੱਲ ਜਾਂਦਾ ਸੀ। ਇਹ ਕੰਮ 'ਤੇ ਚੱਲ ਗਿਆ, ਇਹਨਾਂ ਸਮਝਿਆ ਇਹ ਰਾਤ ਨੂੰ 9 ਵਜੇ ਕੰਮ ਤੋਂ ਵਾਪਸ। ਇਹਨਾਂ ਨੇ ਉਹਦੇ ਮੁਤਾਬਕ 9:30 ਵਜੇ ਫੋਨ ਕਰਨੇ ਸ਼ੁਰੂ ਕੀਤੇ ਰਾਤ ਨੂੰ, ਸ਼ਨੀਵਾਰ ਰਾਤ ਨੂੰ। ਇਹਨਾਂ ਦਾ ਉਹਨੇ ਫੋਨ ਨਹੀਂ ਚੁੱਕਿਆ, ਫੋਨ ਜਿਹੜਾ ਔਫ ਸੀ। ਇਹਨਾਂ ਨੇ ਗੁਆਂਢੀਆਂ ਨੂੰ ਕਿਹਾ ਕਿ ਗੁਆਂਢੀਆਂ ਨੇ ਕਿਹਾ ਕਿ ਕਿਵੇਂ ਉਹਨਾਂ ਕੁੰਡਾ ਕੰਡਾ ਖੜਕਾਇਆ, ਨਹੀਂ ਆਵਾਜ਼ ਦਿੱਤੀ। ਉਹਨਾਂ ਕਿਹਾ ਕਿ ਕਿਵੇਂ ਸ਼ਹਿਰ ਹੋ ਸਕਦਾ, ਕਿਵੇਂ ਸੌਂਗਾ ਜਾਂ ਕਿਸਮਾਂ, ਇਹਨਾਂ ਨੂੰ ਕੁਝ ਪਤਾ ਨਹੀਂ ਲੱਗਾ। ਜੇ ਕੋਈ ਰਿਸ਼ਤੇਦਾਰ ਨੇ ਫੋਨ ਕੀਤਾ, ਫੋਨ ਬੰਦ ਸੀ, ਨਹੀਂ ਮਿਲਿਆ। ਜਦੋਂ 3:30 ਦੁਪਹਿਰ ਉਹਦੀ ਮੰਮੀ ਆਈ, ਉਹਨੇ ਆ ਕੇ ਕੁੰਡਾ ਖੋਲ੍ਹਿਆ। ਇੱਕ ਚਾਬੀ ਹੁੰਦੀ ਸੀ ਲੜਕੇ ਕੋਲ, ਇੱਕ ਚਾਬੀ ਉਹਦੇ ਕੋਲ ਸੀ। ਜਦੋਂ ਮੰਮੀ ਨੇ ਆ ਕੇ ਇਹਦੇ ਨਾਲ ਕੁੰਡਾ ਖੋਲ੍ਹਿਆ, ਇਹਨੇ ਫਿਰ ਗਲੀ 'ਚ ਰੋਣਾ ਪਾਤਾ ਕਿ ਆਤਾ ਫਿਰ ਮੇਰੇ ਨਾਲ ਆਹ ਵਾਰਦਾਤ ਹੋ ਗਈ ਹੈ, ਅਤੇ ਫਿਰ ਸਾਰਾ ਆਂਢ ਗੁਆਂਢ ਜਿਹੜਾ ਇਕੱਠਾ ਹੋ ਗਿਆ। ਉੱਥੇ ਹੀ ਮੌਕੇ 'ਤੇ ਥਾਣਾ ਕੋਟ ਖਾਲਸਾ ਦੇ ਪੁਲਿਸ ਅਧਿਕਾਰੀ ਵੀ ਪੁੱਜੇ। ਪੁਲਿਸ ਅਧਿਕਾਰੀ ਹਰਿੰਦਰ ਪਾਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕਪੁਰਾ 8 ਨੰਬਰ ਗਲੀ ਵਿੱਚ ਇੱਕ ਲੜਕੇ ਵੱਲੋਂ ਫਾਹਾ ਲਿਆ ਗਿਆ। ਅਸੀਂ ਇੱਥੇ ਆ ਕੇ ਲੜਕੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਹ ਗਲੀ ਨੰਬਰ 8 ਦੇ ਵਿੱਚ ਗੁਰੂ ਨਾਨਕਪੁਰੇ ਵਿੱਚ ਇਹ ਪਰਿਵਾਰ ਰਹਿੰਦਾ ਵਾ। ਇਹਦੇ ਮੰਮੀ ਡੈਡੀ ਜਿਹੜੇ ਆ ਬਿਆਸ, ਉਹਨਾਂ ਨਾਮਦਾਨ ਲਿਆ, ਉੱਥੇ ਸੇਵਾ ਕਰਨ ਜਾਂਦੇ ਆ। ਸ਼ਨੀਵਾਰ ਉਹ ਸਵੇਰੇ 7 ਵਜੇ ਗਏ ਆ। ਇਹ ਬੇਟਾ ਰਣਜੀਤ ਐਵੀਨਿਊ ਕਾਲਿੰਗ ਸੈਂਟਰ 'ਤੇ ਕੰਮ ਕਰਦਾ। ਇਹਨਾਂ ਦੇ ਘਰ ਕੋਲ 2 ਚਾਬੀਆਂ, 1 ਚਾਬੀ ਉਹਨੂੰ ਦੇ ਗਏ ਵੀ ਤੂੰ ਬੇਟਾ ਸਵੇਰੇ ਆ ਜੀ। ਇਹ ਕਹਿਣ ਲੱਗਾ ਮੰਮੀ ਡੈਡੀ ਤੁਸੀਂ ਜਾਓ, ਮੈਂ ਐਤਵਾਰ ਸੁਬਹਾ ਆਜੂੰਗਾ। ਉਹਨਾਂ ਨੇ ਜਾ ਕੇ ਰਾਤ ਨੂੰ 9:30 ਵਜੇ ਫੋਨ ਕੀਤਾ ਵਾ, ਅੱਗੋਂ ਇਹਦੇ ਫੋਨ 'ਤੇ ਮਿਸ ਕਾਲ ਆਈਆਂ ਨੇ, ਫੋਨ ਨਹੀਂ ਚੁੱਕਿਆ ਉਹਨਾਂ ਦਾ। ਇਹਦੀ ਫਿਰ ਮੰਮੀ ਜਿਹੜੀ ਇਹਦੇ ਪਿਤਾ ਦੀ ਪ੍ਰਸ਼ਾਦ 'ਤੇ ਸੇਵਾ ਸੀ। ਮੰਮੀ ਇਹਦੀ 3:30 ਵਜੇ ਆ ਕੇ ਜਦੋਂ 1 ਚਾਬੀ ਉਹਨਾਂ ਕੋਲ, ਉਹਨਾਂ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਵੇਖਿਆ ਤੰਦੋਂ ਲੜਕੇ ਪੱਖੇ ਨਾਲ ਲੜਕੇ ਕਿਨੇ ਸੂਸਾਈਡ ਕਰ ਲਈ ਹੈ। ਅਤੇ ਹੁਣ ਇਹਨੂੰ ਲਾਸ਼ ਕਬਜ਼ੇ 'ਚ ਲੈ ਕੇ ਮੋਰਚੀ ਜਮ੍ਹਾਂ ਕਰਾਤੀ ਆ, 174 ਦੀ ਕਾਰਵਾਈ ਕਰ ਰਹੇ ਹਾਂ। ਸੁਬਹਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾਊਗੀ। ਅੱਗੋਂ ਜਿਹੋ ਜਿਹੀ ਫਿਰ ਕਾਰਵਾਈ ਹੋ ਚੁੱਕੀ। ਨਹੀਂ ਨਹੀਂ, ਮੁੰਡੇ ਦੀ ਸੋਭਾ ਬਹੁਤ ਆ। ਗਲੀ ਗੁਆਂਢ ਨੇ ਕੀਤੀ, ਇੱਥੇ ਕਰੀਬ ਲਗਭਗ 300-400 ਬੁੱਢੀ ਬੰਦਾ ਇਕੱਠਾ ਆ। ਕਿਸੇ ਨੇ ਉਹਦੇ ਕੋਈ ਨਹੀਂ ਦੱਸਿਆ ਵੀ ਇਹ ਲੜਾਈ ਝਗੜਾ ਕਰਦਾ ਸੀ ਜਾਂ ਕੋਈ ਇੱਦਾਂ ਦੀ। ਰੱਬ ਜਾਣੇ ਹੁਣ ਇਸ ਸਮੇਂ ਦਾ ਗੱਲ ਆ ਕੀ ਗੱਲ ਹੋਣੀ, ਬਾਅਦ 'ਚ ਜਿਹੜੀ ਗੱਲ ਸਾਹਮਣੇ ਉਸ ਹਿਸਾਬ ਨਾਲ ਕਾਰਵਾਈ ਕੀਤੀ। ਵਿਨੇ ਖੰਨਾ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਇਹੀ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਆਖਰ ਵਿਨੇ ਨੇ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ। ਫਿਲਹਾਲ ਇਸ ਦਾ ਜਵਾਬ ਵਿਨੇ ਹੀ ਦੇ ਸਕਦਾ ਸੀ, ਜੋ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਅੰਮ੍ਰਿਤਸਰ ਤੋਂ ਚੈਨਲ ਵਾਈ ਦੇ ਲਈ ਕੁਸਮ ਸ਼ਰਮਾ ਦੀ ਰਿਪੋਰਟ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।